ਅਸਲ ਗੱਲ ਹੈ ਕਿ ਮੈਂ ਖਾਜਾ ਮੋਇਨ ਪੀਰ ਚਿਸ਼ਤੀ ਦੀ ਸੋਚ ਨੂੰ ਉਹਨਾਂ ਦੀ ਇੱਕੋ ਹੀ ਸੋਚ ਸੀ ਕਿ ਨੌਜਵਾਨਾਂ ਨੂੰ ਜਿਹੜੇ ਲੋਕ ਨੇ ਜਿਹੜੇ ਜ਼ਮੀਨ ਦੇ ਨਾਲ ਉਹਨਾਂ ਦਾ ਕੋਈ ਤਲਕ ਨਹੀਂ ਹੈ, ਉਹਨਾਂ ਨੂੰ ਆਪਣੇ ਅਸਰ ਖਿੱਚਣ ਦਾ ਉਸ ਬਜ਼ੁਰਗ ਨੂੰ ਜਾ ਕੇ ਕਿਹਾ ਕੀ ਗੱਲ ਹੈ? ਉਹਨੇ ਕਿਹਾ ਬਾਬਾ ਉਹ ਦਰਿਆ ਹੈ, ਬਹੁਤ ਜੀਆਂ ਆਦਮੀ ਉਵੇਂ ਕਰਦਾ, ਉਹਦੇ ਵਿੱਚ ਪਾਣੀਆਂ ਬੱਚੀਆਂ ਨੇ ਪਾ ਇੱਕੋ ਹੀ ਮਿਸ਼ਨ
ਅੱਲਾਹ ਤੇ ਅੱਲਾਹ ਦੇ ਰਸੂਲ ਦੀ ਮੁਹੱਬਤ ਦੇ ਨਾਲ ਤੇ ਨਾਲ ਆਮੀਨ ਜਦੋਂ ਇਹਨਾਂ ਦੇ ਕਲਬਾਂ ਵਿੱਚ ਮੁਹੱਬਤ ਬਣ ਜਾਂਦੀ ਹੈ ਨਮਾਜ਼ੀ ਵੀ ਹੋਏਗਾ ਉਹ ਹਾਜੀ ਵੀ ਹੋਏਗਾ ਸੁਭਾਨ ਅੱਲਾਹ ਜਰੀਆ ਦੀ ਤਬਲੀਗ ਨਹੀਂ ਕਰਦੇ ਖੁਦਾ ਦੀ ਕਸਮ ਜਿੰਨੀ ਅਸੀਂ ਕਰਦੇ ਹਾਂ ਹਾਲਤ ਦੇਖੋ ਇਹਨਾਂ ਨੌਜਵਾਨਾਂ ਨੂੰ ਦੇਖੋ ਇਹਨਾਂ ਨੌਜਵਾਨਾਂ ਨੂੰ ਜਦੋਂ ਇਹਨਾਂ ਦੇ ਕਲਬਾਂ ਦੇ ਅੰਦਰ ਅੱਲਾਹ 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 ਔਰ ਨਾ ਇੱਕ ਐਸਾ ਹੈ ਜੋ ਰਮ ਭਾਗ ਕਰਦਾ ਹੈ ਸੁਭਾਨ ਅੱਲਾਹ ਕੋਲ ਜਾਂਦਾ ਚੱਲ ਯਾਰ ਨਮਾਜ਼ ਪੜ੍ਹ ਲਈਏ ਚੱਲ ਯਾਰ ਕੁਰਾਨ ਪੜ੍ਹ ਲਈਏ ਚੱਲ ਯਾਰ ਉਹ ਕਰ ਲਈਏ ਕਿਉਂ ਚਲੋ ਕਿਸੇ ਦੇ ਕਲਮ ਰੋਸ਼ਨ ਹੋ ਜਾਂਦੇ ਨੇ ਨਬਰ ਹੋ ਜਾਂਦੇ ਸਿੱਖੇ ਆਲਾ ਹੀ ਕਨਾਲ ਤੋ ਅੱਲਾਹ ਦੀ ਤਰਫੋਂ ਲੋਕ ਤਵੱਜੂ ਹੋ ਜਾਂਦੇ ਆ ਉਹ ਜ਼ਿਕਰ ਫਿਕਰ ਤੋਂ ਬਾਅਦ ਨਮਾਜ਼ੀ ਸੇਵਦਾਰ ਉਸ ਤਰਫ ਉਹਨਾਂ ਦਾ ਧਿਆਨ ਹੋ ਜਾਂਦਾ ਹੈ ਸਾਡਾ ਇਹ ਕੋਈ ਵਿਸ਼ਾ ਨਹੀਂ ਸਾਡਾ ਇਹ ਕੋਈ ਵਿਸ਼ਾ ਨਹੀਂ ਲਫੰਗੇ ਅਕਲਾਂ ਮੇਰੀ ਗੱਲ ਨੂੰ ਨਹੀਂ ਸਮਝਣਗੇ ਕਮਲੇ ਮੇਰੀ ਗੱਲ ਨੂੰ ਅਕਲ ਕਿਤੇ ਸੋਚਦੀ ਏ ਮੇਰਾ ਬੜਾ ਬਈਦ ਨਜ਼ਰ ਹੈ ਸਭ ਸਰਕਾਰੇ ਬਾਬਾ ਸੱਲੱਲਾਹੁ ਅਲੈਹਿ ਵਸੱਲਮ ਦੇ ਕਰਮ ਨਾਲ ਮੇਰੀ ਕੋਈ ਬਾਤ ਨਹੀਂ ਮੇਰੀ ਯਾਦ ਨਾ ਚੋ ਮੈਂ ਤੁਮ ਸੇ ਤੁਮ ਲਾ ਕਦਾ ਉਹ ਮੇਰੇ ਸੇ ਨਿਕਲ ਜਾਏ ਤੁਸੀਂ ਪਰ ਹੋ ਜਾਓ ਸਾਰਾ ਸੌਦਾ ਸਾਰੀਆਂ ਗੱਲਾਂ ਕਿੱਡਾ ਚੌੜਾ ਹੋਵਾਂ ਸਭ ਤੋਂ ਨਬੀ ਨਿਸਬਤ ਦੇ ਨਾਲ ਜਿਹੜਾ ਮਹਾਨ ਉਹ ਆਪਣੀ ਮੁਕਾਤ ਦਾ ਪਤਾ ਹੈ ਮੈਂ ਤਾਂ ਕਹਿੰਦੀ ਲੇਕਿਨ ਜਦੋਂ ਆਪਣੀ ਪਿੱਛੋਂ ਰੱਖਦੇ ਨਾ ਬੜਾ ਚੌੜਾ ਜਦੋਂ ਉਹਨਾਂ ਦੀ ਥਾਪੜੀ ਲੱਗਦੀ ਹੈ ਨਾ ਮੈਨੂੰ ਫਿਰ ਮੈਂ ਜਿੰਨਾ ਮਰਜ਼ੀ ਭੈੜਾ ਆ ਜਾਵਾਂ ਕਿਹੜਾ ਆ ਜਾਵੇ ਮਸ਼ੀਨ ਨਾਲ ਲਾਓ ਗੰਦਾ ਆ ਜਾਵੇ ਮਸ਼ੀਨ ਨਾਲ ਲਾਓ ਇੱਕੋ ਹੀ ਮਿਸ਼ਨ ਹੈ ਇੱਕੋ ਹੀ ਮਿਸ਼ਨ ਹੈ ਬੇਲੀ ਦਾ ਜਿਹੜਾ ਮੇਰਾ ਬੇਲੀ ਹੋਏਗਾ ਉਹ ਸਰਕਾਰ ਦਾ ਬੇਲੀ ਹੋਏਗਾ ਗੱਲਾਂ ਹੁੰਦੀਆਂ ਨੇ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਜਿਹੜੀਆਂ ਇੱਕ ਦੋਸਤ ਸਾਰੇ ਮਹਿਫਲ ਸੀ
ਇੱਕ ਉਹ ਮੁੰਡਾ ਮੈਨੂੰ ਇੱਕ ਬੰਦੇ ਨੇ ਕਿਹਾ ਬੜਾ ਬਦਮਾਸ਼ ਕਿਹਾ ਮੁੰਡਾ ਕਿਸ ਲਈ ਆਇਆ ਸਟੇਜ 'ਤੇ ਬਿਠਾ ਦਿੱਤਾ ਜਿਵੇਂ ਸਟੇਜ 'ਤੇ ਬੈਠਿਆ ਮੈਂ ਰੋਣਾ ਸ਼ੁਰੂ ਉਹ ਸਟੇਜ 'ਤੇ ਬੈਠਾ ਰੋਈਦਾ ਉਹਨੂੰ ਮੈਂ ਪੁੱਛਿਆ ਤੇ ਇਹਨੂੰ ਕੀ ਹੋਇਆ ਕਹਿੰਦਾ ਜੀ ਐਡੇ ਐਡੇ ਵੱਡੇ ਵੱਡੇ ਲੋਕ ਥੱਲੇ ਬੈਠੇ ਮੈਨੂੰ ਬੁਲਾ ਨਾਮ ਪੈਰ ਕਰ ਲਓ ਬਸ ਬਸ ਮੇਰਾ ਨਾਮ ਤੁਹਾਡੇ ਜਿੰਨਾ ਜਿੰਨਾ ਤੁਸੀਂ ਕਿਤੇ ਹੋਣੇ ਅਖਲਾਕ ਅਸੀਂ ਤਾਂ ਬਹਾਨੇ ਬੁਨੇ ਬਣਾ ਕੇ ਖੇਡ ਖੇਡ ਕੇ ਤੇ ਦੂਸਰਾ ਅੱਲਾ ਦੀ ਤਰਫ਼ ਲੈ ਜਾਣਾ ਮੈਨੂੰ ਜਵਾਬ ਦੇਣ ਲੱਗੇ ਕੀ ਗੱਲ ਹੈ ਡਾਕਟਰ ਉਹ ਮੈਂ ਕਿਹਾ ਤੁਸੀਂ ਪਹਿਲੇ ਸ਼ੁਗਰ ਸ਼ੁਗਰ ਕਰਦੇ ਹੋ ਮੈਂ ਕਿਹਾ ਮੈਂ ਸ਼ੁਗਰ ਸ਼ੁਗਰ ਦੇ ਵਿੱਚ ਇੱਦਾਂ ਵਾਰ ਇਹ ਸ਼ੂਗਰ ਜਿਹੜਾ ਨਾ ਮੇਰਾ ਸ਼ੂਗਰ ਮੈਂ ਇਹਦੇ ਵਿੱਚ ਹੀ ਇੱਦਾਂ ਲਾ ਜਦੋਂ ਸ਼ਰੀਅਤ ਅੰਦਰੋਂ ਉੱਠੇਗੀ ਨਾ ਗਾੜੀ ਅੰਦਰੋਂ ਉੱਠੇਗੀ ਨਾ ਮੈਨੂੰ ਲੋਕ ਕਹਿੰਦੇ ਕਿ ਸਾਡੇ ਕਿਉਂ ਨਹੀਂ ਮੈਂ ਮੈਂ ਇਸ ਤੋਂ ਨਹੀਂ ਕਹਿੰਦਾ ਕਿ ਮੈਨੂੰ ਪਤਾ ਮੈਨੂੰ ਰੁਖਾਣੀ ਨੇ ਰਖਾ ਲੈਣੀ ਉਹਨੂੰ ਮੈਂ 6 ਮਹੀਨੇ ਪਿਆਰ ਦੇਣਾ 7 ਮਹੀਨੇ ਮਿਠਾ ਲੈਣਾ ਜਿਹੜਾ ਅੱਖਾਂ ਨਾਲ ਰਖਾ ਲੈ ਦੀ ਲੋੜ ਰਖਾ ਲਵੇ ਉਹਨੂੰ ਕਹਿਣ ਦੀ ਲੋੜ ਕਹਿ ਕਰਦੇ ਰਿਹਾ ਜੀ ਉਸਦਾ ਨਾਂ ਜਪਦੇ ਰਿਹਾ ਜੀ ਤੁਹਾਡੇ ਅੰਦਰ ਸਰਕਾਰ ਹੁੰਦਾ
ਸੋਨਾ ਜਗ ਤੇ ਕੋਈ ਮੇਰ ਮਦਨੀ ਪੀਰਤ ਨਾ ਖਾਜਾ
سبحان اللہ بیٹھ جو سبھی احباب بیٹھ جائیں سبحان اللہ ایک نظر میرے پیر والے کو ہر ایک نو پیا سونیا لگدے نا اے دیو پاک لگاوا ہر ایک نو پیا سونیا لگدے نا اے دیو پاک لگاوا Let's go.